अनुराग पाठक ਦਾ ਨਾਵਲ 12ਵੀਂ ਫੇਲਦਾ 10ਵਾਂ ਗਵਾਲੀਅਰ ਚਮਨੋਰਸ ਦੇ ਸ਼ੁਰੂਆਤੀ ਮਹੀਨੇ ਸਥਾਪਿਤ ਹੋਣ ਵਿੱਚ ਹੀ ਬੀਤ ਰਹੇ ਸਨ ਫੀਸ ਤੇ ਕਿਤਾਬਾਂ ਤੋਂ ਬਾਅਦ ਉਹਦੇ ਘਰੋਂ ਲਿਆਂਦੇ ਪੈਸੇ ਵੀ ਖਤਮ ਹੋਣ ਲੱਗੇ ਉਹਨੂੰ ਤਿਰਲੋਕੀ ਨਾਲ ਰਹਿੰਦੇ ਤਿੰਨ ਮਹੀਨੇ ਹੋ ਗਏ ਸਨ ਤਿਰਲੋਕੀ ਦੇ ਕਮਰੇ ਚ ਉਹਦਾ ਇੱਕ ਰੂਮ ਪਾਰਟਨਰ ਕੇਸ਼ਵ ਵੀ ਰਹਿੰਦਾ ਸੀ ਇਸ ਲਈ ਉਸ ਕਮਰੇ ਚ ਦੋ ਦੀ ਥਾਂ ਤਿੰਨ ਬੰਦੇ ਹੋ ਗਏ ਇੱਕ ਕਮਰੇ 'ਚ ਤਿੰਨ ਬੰਦਿਆਂ ਦੇ ਰਹਿਣ ਨਾਲ ਤਰਲੋਕੀ ਨੂੰ ਕੋਈ ਤਕਲੀਫ ਨਹੀਂ ਸੀ ਪਰ ਉਹਦੇ ਰੂਮ ਪਾਰਟਨਰ ਕੇਸ਼ਵ ਦੇ ਵਿਚਾਰ ਇਹਨੇ ਸੁਲਝੇ ਹੋਏ ਨਹੀਂ ਸਨ ਤਰਲੋਕੀ ਦਾ ਰਿਸ਼ਤੇਦਾਰ ਹੋਣ ਕਰਕੇ ਕੇਸ਼ਵ ਮਨੋਜ ਨੂੰ ਵੱਖਰਾ ਕਮਰਾ ਲੈਣ ਲਈ ਸਿੱਧਾ-ਸਿੱਧਾ ਆਖ ਨਹੀਂ ਪਾ ਰਿਹਾ ਸੀ ਪਰ ਉਹ ਚਾਹੁੰਦਾ ਸੀ ਕਿ ਮਨੋਜ ਕਿਸੇ ਦੂਜੀ ਥਾਂ ਕਮਰਾ ਵੇਖ ਲਵੇ ਕੇਸ਼ਵ ਬੀਏਸੀ ਕਰ ਰਿਹਾ ਸੀ ਉਹ ਜ਼ਿਆਦਾਤਰ ਸਮਾਂ ਹੱਥ ਵਿੱਚ ਕਿਤਾਬ ਲੈ ਕੇ ਬੈਠਾ ਰਹਿੰਦਾ ਬੀਏਸੀ ਕਰਨ ਕਰੋਂ ਉਹ ਬੀਏ ਕਰ ਰਹੇ ਮਨੋਜ ਨੂੰ ਪੜ੍ਹਾਈ 'ਚ ਕਮਜ਼ੋਰ ਮੰਨਦਾ ਸੀ ਇੱਕ ਦਿਨ ਕੇਸ਼ਵ ਨੇ ਮਨੋਜ ਨੂੰ ਆਖ ਹੀ ਦਿੱਤਾ ਮਨੋਜ ਤੁਸੀਂ ਆਪਣੇ ਲਈ ਜਲਦੀ ਵੱਖਰਾ ਕਮਰਾ ਲੈ ਲਓ ਤਿੰਨ ਬੰਦਿਆਂ ਦੇ ਕਮਰੇ 'ਚ ਰਹਿਣ ਨਾਲ ਮੇਰੀ ਪੜ੍ਹਾਈ ਡਿਸਟਰਬ ਹੁੰਦੀ ਹੈ ਮਨੋਜ ਨੇ ਕੇਸ਼ਵ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਵੱਖਰਾ ਕਮਰਾ ਕਿਰਾਏ ਤੇ ਲੈ ਲਏਗਾ ਪਰ ਜਦੋਂ ਤਰਲੋਕੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹਨੇ ਕੇਸ਼ਵ ਨੂੰ ਸਿੱਧੇ ਹੱਥੀ ਲਿਆ ਕੇਸ਼ਵ ਕਮਰੇ 'ਚ ਤਿੰਨ ਬੰਦੇ ਆਰਾਮ ਨਾਲ ਰਹਿ ਸਕਦੇ ਐ ਮਨੋਜ ਗਰਵਾਲੀਅਰ 'ਚ ਨਵਾਂ ਐ ਇਸ ਲਈ ਪਹਿਲੇ ਸਾਲ ਤੱਕ ਮੇਰੇ ਨਾਲ ਹੀ ਰਹੇਗਾ ਤਰਲੋਕੀ ਨੇ ਮਨੋਜ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਕੇਸ਼ਵ ਨੂੰ ਸਪਸ਼ਟ ਆਖ ਦਿੱਤਾ। ਤਰਲੋਕੀ ਦੇ ਫੈਸਲੇ ਦੇ ਵਿਰੋਧ ਵਿੱਚ ਕੇਸ਼ਵ ਕੁਝ ਨਾਖ ਸਕਿਆ ਪਰ ਉਹ ਮਨੋਜ ਤੋਂ ਝੜਨ ਲੱਗਾ। ਇੱਕ ਸਵੇਰ ਤਰਲੋਕੀ ਨੂੰ ਕਿਸੇ ਕੰਮ ਤੋਂ ਆਪਣੇ ਪਿੰਡ ਜਾਣਾ ਪਿਆ। ਮਨੋਜ ਕਾਲਜ ਚਲਾ ਗਿਆ। ਕੇਸ਼ਵ ਕਮਰੇ ਤੇ ਇਕੱਲਾ ਰਹਿ ਗਿਆ। ਕਾਲਜ 'ਚ ਇੱਕ ਪੀਰੀਅਡ ਖਾਲੀ ਸੀ। ਮਨੋਜ ਤੇ ਰਵਿਕਾਂਤ ਦੇਵਦੀ ਗਰਾਊਂਡ 'ਚ ਇੱਕ ਬੈਂਚ ਤੇ ਬੈਠ ਕੇ ਇੰਗਲਿਸ਼ ਵਿਸ਼ੇ ਨੂੰ ਬੀਏ 'ਚ ਚੁਣਨ ਸਬੰਧੀ ਚਰਚਾ ਕਰਨ ਲੱਗੇ। ਰਵੀਕਾਂਤ ਨੇ ਇੰਗਲਿਸ਼ ਦੇ ਲਾਭ ਘਣਾਉਣੇ ਸ਼ੁਰੂ ਕੀਤੇ ਮਨੋਜ ਅੱਜਕੱਲ ਇੰਗਲਿਸ਼ ਬਿਨਾ ਕੁਝ ਕੁਝ ਵੀ ਨਹੀਂ ਹੋ ਸਕਦਾ ਇੰਗਲਿਸ਼ ਬਹੁਤ ਜ਼ਰੂਰੀ ਹੈ ਮਨੋਜ ਇੰਗਲਿਸ਼ ਦੇ ਨਾਂ ਤੋਂ ਹੀ ਘਬਰਾਉਂਦਾ ਸੀ ਉਹਨੇ ਖੰਡਨ ਕੀਤਾ ਪਰ ਪੀਐਸਸੀ ਵਿੱਚ ਤਾਂ ਇੰਗਲਿਸ਼ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਰਵੀਕਾਂਤ ਨੇ ਦ੍ਰਿੜਤਾ ਨਾਲ ਕਿਹਾ ਪਰ ਜ਼ਿੰਦਗੀ 'ਚ ਪੈਂਦੀ ਹੈ ਤੇ ਕਿਹਨੇ ਕਿਹਾ ਕਿ ਤੁਸੀਂ ਪੀਐਸਸੀ 'ਚ ਸਿਲੈਕਟ ਹੋ ਹੀ ਜਾਓਗੇ ਜੇਕਰ ਪੀਐਸਸੀ 'ਚ ਨਾ ਹੋਏ ਤਾਂ ਹਿੰਦੀ ਦਾ ਛਣਕਣਾ ਤੁਹਾਡਾ ਪੇਟ ਵੀ ਨਹੀਂ ਭਰ ਸਕੇਗਾ ਇੰਗਲਿਸ਼ ਤੁਹਾਡੇ ਲਈ ਨੌਕਰੀ ਦੇ ਕਈ ਆਪਸ਼ਨ ਖੋਲ੍ਹ ਦਿੰਦੀ ਹੈ ਤੁਸੀਂ ਟਿਊਸ਼ਨ ਪੜਾ ਸਕਦੇ ਹੋ ਕਿਸੇ ਵੀ ਸਕੂਲ ਕਾਲਜ ਇੰਗਲਿਸ਼ ਪੜਾਉਣ ਵਾਲੇ ਲੋਕਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਮਨੋਜ ਨੇ ਜਦੋਂ ਇਹ ਸਚਾਈ ਸੁਣੀ ਤਾਂ ਘਬਰ ਗਿਆ ਉਹਨੇ ਪੀਐਸਸੀ ਚ ਸਿਲੈਕਟ ਨਾ ਹੋ ਸਕਣ ਤੋਂ ਬਾਅਦ ਦੀ ਸਥਿਤੀ ਤੇ ਵਿਚਾਰ ਨਹੀਂ ਕੀਤਾ ਸੀ ਰਵੀ ਕਾਨ ਨੇ ਕਹਿਣਾ ਜਾਰੀ ਰੱਖਿਆ ਭਰਾ ਮਨੋਜ ਤੁਸੀਂ ਪਹਿਲਾਂ ਹੀ ਆਰਟ ਵਰਗਾ ਅਣਉਪਯੋਗੀ ਸਬਜੈਕਟ ਲੈ ਕੇ ਗਲਤੀ ਕਰ ਚੁੱਕੇ ਹੋ ਇਨਾਂ ਸਬਜੈਕਟਸ ਦੇ ਦਮ ਤੇ ਮਾਰਕੀਟ ਚ 4 ਪੈਸੇ ਨਹੀਂ ਕਮਾ ਸਕਦੇ। ਹੁਣ ਘੱਟੋ-ਘੱਟ ਇੰਗਲਿਸ਼ ਬਚੀ ਹੈ ਜਿਹਨੂੰ ਚੰਗੀ ਤਰ੍ਹਾਂ ਸਿੱਖ ਕੇ ਆਪਣਾ ਭਵਿੱਖ ਕੁਝ ਤਾਂ ਸੁਰੱਖਿਅਤ ਕਰ ਸਕਦੇ ਹੋ। ਮਾਰਕੀਟ ਅਧਾਰਤ ਭਵਿੱਖ ਦੇ ਹਿਸਾਬ ਨਾਲ ਉਹਨੇ ਕੁਝ ਵੀ ਗਲਤ ਨਹੀਂ ਸਿੱਖਿਆ। ਇਸ ਲਈ ਰਵੀ ਕਾਨ ਤੋਂ ਪ੍ਰਭਾਵਿਤ ਹੋ ਕੇ ਉਹਨੇ ਹਿੰਦੀ ਸਾਹਿਤ ਤੇ ਇਤਿਹਾਸ ਦੇ ਨਾਲ ਬੀਏ ਚ ਇੱਕ ਸਬਜੈਕਟ ਇੰਗਲਿਸ਼ ਲਿਟਰੇਚਰ ਰੱਖਣ ਦਾ ਫੈਸਲਾ ਕਰ ਲਿਆ। ਚਰਚਾ ਵਿੱਚ ਸ਼ਾਮ ਦੇ 4:00 ਵਜੇ ਕਮਰੇ ਤੇ ਪੁੱਜ ਕੇ ਉਹਨੇ ਵੇਖਿਆ ਕਿ ਉੱਥੇ ਜੰਦਰਾ ਲੱਗਿਆ ਹੈ। ਉੱਥੇ ਹੀ ਬੈਠ ਕੇ ਕੇਸ਼ਵ ਦੀ ਉਡੀਕ ਕਰਨ ਲੱਗਾ। ਉਡੀਕਦੇ ਉਡੀਕਦੇ 2 ਘੰਟੇ ਬੀਤ ਗਏ ਉਹਨੂੰ ਕੇਸ਼ਵ ਦੀ ਚਿੰਤਾ ਹੋਣ ਲੱਗੀ। ਨੇੜੇ ਹੀ ਰਹਿਣ ਵਾਲੇ ਕੇਸ਼ਵ ਦੇ ਇੱਕ ਮਿੱਤਰ ਦੇ ਘਰ ਜਾ ਕੇ ਮਨੋਜ ਨੂੰ ਪਤਾ ਚੱਲਿਆ ਕਿ ਉਹ ਤਾਂ ਆਪਣੇ ਪਿੰਡ ਡਬਰਾ ਚਲਾ ਗਿਆ। ਅੰਗ 11ਵਾਂ। ਲਲਿਤਪੁਰ ਕਲੋਨੀ ਚਿਤ੍ਰਲੋਕੀ ਦੇ ਕਮਰੇ ਦਾ ਜੰਦਰਾ ਹੁਣ ਵੀ ਬੰਦ ਸੀ। ਉਹਦੀ ਚਾਬੀ ਕੇਸ਼ਵ ਆਪਣੇ ਨਾਲ ਲੈ ਗਿਆ ਸੀ। ਉਸ ਲਈ ਸਮੱਸਿਆ ਇਹ ਸੀ ਕਿ ਉਹ ਰਾਤ ਨੂੰ ਕਿੱਥੇ ਜਾਏਗਾ? ਇਨੇ ਵੱਡੇ ਸ਼ਹਿਰ 'ਚ ਇੰਨੇ ਸਾਰੇ ਮਕਾਨਾਂ ਵਿੱਚ ਘਰ ਮਨੋਜ ਰਾਤ ਕੱਟਣ ਲਈ ਸਿਰਫ਼ ਇੱਕ ਛੱਤ ਲੱਭ ਰਿਹਾ ਸੀ ਪਰ ਉਹਨੂੰ ਕੋਈ ਆਸਰਾ ਨਹੀਂ ਦਿਖ ਰਿਹਾ ਸੀ ਉਹਨੂੰ ਭੁੱਖ ਲੱਗਣ ਲੱਗੀ ਉਹਦੀ ਜੇਬ 'ਚ 20 ਰੁਪਏ ਬਚੇ ਸੀ ਉਹਨੇ 20 ਰੁਪਏ ਦੇ ਦੋ ਛੋਲੇ ਭਟੂਰੇ ਖਾ ਲਏ ਹੁਣ ਵੱਡੀ ਤੇ ਭਾਰੀ ਰਾਤ ਬਿਤਾਉਣੀ ਸੀ ਮਨੋਜ ਨੂੰ ਰਾਜਪੂਤ ਬੋਰਡਿੰਗ 'ਚ ਰਹਿਣ ਵਾਲਾ ਭਦੋਰੀਆ ਯਾਦ ਆਇਆ ਉਹ ਰਾਜਪੂਤ ਬੋਰਡਿੰਗ ਚਲਾ ਗਿਆ ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਭਦੋਰੀਆ ਬੋਰਡਿੰਗ 'ਚ ਨਹੀਂ ਹੈ ਉਹ ਆਪਣੇ ਪਿੰਡ ਪਿੰਡ ਗਿਆ ਹੁਣ ਪੂਰੇ ਗਵਾਲੀਅਰ ਚ ਮਨੋਜ ਦਾ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸੀ ਜਿੱਥੇ ਉਹ ਰਾਤ ਬਿਤਾ ਸਕੇ ਮਨੋਜ ਕਾਲਜ ਦੇ ਪਾਰ ਅਚਲੇਸ਼ਵਰ ਮੰਦਿਰ ਕੋਲ ਬੈਠ ਗਿਆ ਅੱਜ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਰਹਿਣ ਲਈ ਇੱਕ ਕਮਰਾ ਕਿੰਨੀ ਵੱਡੀ ਪ੍ਰਾਪਤੀ ਹੁੰਦੀ ਹੈ ਅਚਲੇਸ਼ਵਰ ਮੰਦਿਰ ਕੋਲ ਫੁੱਟਪਾਥ ਤੇ ਕੁਝ ਭਿਖਾਰੀ ਬੈਠੇ ਸੀ ਮਨੋਜ ਦੇਰ ਤੱਕ ਫੁੱਟਪਾਥ ਤੇ ਬੈਠੇ ਇਹਨਾਂ ਭਿਖਾਰੀਆਂ ਨੂੰ ਵੇਖਦਾ ਰਿਹਾ ਕਮਜ਼ੋਰ ਤੀਵੀਆਂ ਬੁੱਢੇ ਬਿਮਾਰ ਆਦਮੀ ਮੈਲੀ ਗੱਠੜੀਆਂ ਨੂੰ ਆਪਣੇ ਕੋਲ ਰੱਖੀ ਫੁੱਟਪਾਥ ਤੇ ਸੌਣ ਦੀ ਤਿਆਰੀ 'ਚ ਸਨ। ਮਨੋਜ ਉਹਨਾਂ ਨੂੰ ਵੇਖ ਕੇ ਆਪਣਾ ਦੁੱਖ ਭੁੱਲ ਗਿਆ। ਉਹ ਤਾਂ ਅੱਜ ਪਹਿਲੀ ਵਾਰੀ ਬੇਕਾਰ ਹੋਇਆ ਹੈ। ਗਰੀਬ ਭিখਾਰੀ ਤਾਂ ਰੋਜ਼ਾਨਾ ਇੰਜ ਹੀ ਰਹਿੰਦੇ ਐ। ਇਹ ਲੋਕ ਕੀ ਸੋਚਦੇ ਹੋਣਗੇ? ਇਹਨਾਂ ਦੀਆਂ ਕੀ ਇੱਛਾਵਾਂ ਹੋਣਗੀਆਂ? ਇਹਨਾਂ ਲਈ ਸੁੱਖ ਕੀ ਹੁੰਦਾ ਹੈ? ਇੱਕ ਦੋ ਦੁੱਧ ਪੀਂਦੇ ਬੱਚੇ ਆਪਣੀ ਮਾਂ ਦੀ ਛਾਤੀ ਨਾਲ ਚਿਪਕੇ ਹੋਏ ਸਨ। ਕੀ ਇਹ ਬੱਚੇ ਵੀ ਜਦੋਂ ਵੱਡੇ ਹੋ ਜਾਣਗੇ ਉਦੋਂ ਇੰਜ ਹੀ ਫੁੱਟਪਾਥ ਤੇ ਸੌਣਗੇ? ਆਪਣਾ ਦੁੱਖ ਭੁੱਲ ਕੇ ਉਹ ਨਾ ਸਾਰੇ ਪ੍ਰਸ਼ਨਾਂ 'ਚ ਗਵਾਚ ਗਿਆ ਪਰ ਉਹਨੂੰ ਇਹਨਾਂ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਮਿਲ ਰਿਹਾ ਸੀ ਹੌਲੀ-ਹੌਲੀ ਸਾਰੇ ਭਿਖਾਰੀ ਸੌਂ ਗਏ ਪਰ ਮਨੋਜ ਦੀਆਂ ਅੱਖਾਂ 'ਚ ਨੀਂਦ ਨਹੀਂ ਸੀ ਅੱਜ ਉਹ ਇਹਨਾਂ ਬੇਕਾਰ ਭਿਖਾਰੀਆਂ ਦਾ ਹਮਰਾਹੀ ਸੀ ਅੱਜ ਉਹਦੀ वेदना ਇਹਨਾਂ ਭਿਖਾਰੀਆਂ ਦੀ वेदना ਨਾਲ ਕੋਲ ਮਿਲ ਗਈ ਸੀ ਉਹ ਸੋਚਦਾ ਰਿਹਾ ਕਿ ਕੀ ਉਹ ਕਦੇ ਇਸ ਕਾਬਲ ਹੋ ਸਕੇਗਾ ਜਦੋਂ ਇਹਨਾਂ ਲੋਕਾਂ ਦੇ ਦੁੱਖਾਂ ਨੂੰ ਦੂਰ ਕਰ ਸਕੇ ਉਹਦੀ ਸਾਰੀ ਰਾਤ ਜਾਗਦੇ ਹੋਏ ਕੱਟ ਗਈ ਆਪਣੇ ਦੁੱਖ ਭੁੱਲ ਕੇ ਉਹ ਸਾਰੀ ਰਾਤ ਇਹ ਨਾ ਗਰੀਬ ਤੇ ਮਜਬੂਰ ਲੋਕਾਂ ਬਾਰੇ ਸੋਚਦਾ ਰਿਹਾ ਸਵੇਰੇ ਉਹਨੇ ਨੇੜੇ ਹੀ ਨਲਕੇ ਤੇ ਜਾ ਕੇ ਮੂੰਹ ਧੋਇਆ ਪਾਣੀ ਪੀਤਾ ਕਟੋਰਾ ਤਲਾਬ ਦੇ پارک ਵਿੱਚ ਜਾ ਕੇ ਬੈਠ ਗਿਆ ਸਾਰੀ ਰਾਤ ਜਾਗਣ ਕਰਕੇ ਥੱਕੇ ਹੋਏ ਮਨੋਜ ਨੂੰ ਕਟੋਰਾ ਤਲਾਬ ਦੇ ਬੈਂਚ ਤੇ نیند ਆ ਗਈ 2 ਘੰਟੇ ਸੌਣ ਤੋਂ ਬਾਅਦ ਉਹਦੀ ਥਕਾਵਟ ਥੋੜੀ ਘੱਟ ਹੋਈ ਅਗਲੇ ਪੂਰੇ ਦਿਨ ਉਹ ਕਈ ਵਾਰ ਕਮਰੇ ਤੇ ਗਿਆ ਹਰ ਵਾਰੀ ਉੱਥੇ ਜੰਦਰਾ ਲੱਗਾਈ ਮਿਲਿਆ ਹੁਣ ਉਸ ਕੋਲ ਇੱਕ ਵੀ ਪੈਸਾ ਨਹੀਂ ਬਚਿਆ ਸੀ ਉਨੇ ਦੂਜਾ ਪੂਰਾ ਦਿਨ ਕਾਲਜ ਚ گزار ਦਿੱਤਾ ਤੇ ਰਾਤ ਭੁੱਖੇ ਪੇਟ ਕਟੋਰਾ ਤਲਾਬ ਦੀ ਬੈਂਚ ਤੇ ਪਾਸੇ ਬਦਲਦੇ ਬਟਾਤਦੀ। ਬੇਕਰੀ ਦਾ ਤੀਜਾ ਦਿਨ ਮਨੋਜ ਲਈ ਬਹੁਤ ਮੁਸ਼ਕਲ ਹੋਣ ਵਾਲਾ ਸੀ। ਉਸ ਕੋਲ ਪਿੰਡ ਜਾਣ ਲਈ ਵੀ ਪੈਸੇ ਨਹੀਂ ਸੀ। ਉਹ ਸਵੇਰੇ 7 ਵਜੇ ਕਮਰੇ ਤੇ ਪਹੁੰਚ ਗਿਆ ਪਰ ਕਮਰਾ ਜੇ ਵੀ ਬੰਦ ਸੀ। ਉਹਨੇ ਜੰਦਰਾ ਫੜ ਕੇ ਹਿਲਾਇਆ ਪਰ ਜੰਦਰਾ ਹਿਲਾਉਣ ਨਾਲ ਖੁੱਲਣ ਵਾਲਾ ਨਹੀਂ ਸੀ। ਨਿਰਾਸ਼ ਹੋ ਕੇ ਉਹ ਕਾਲਜ ਚਲਾ ਗਿਆ ਪਰ ਥਕਾਵਟ ਤੇ ਭੁੱਖ ਕਾਰਨ ਉਦੀ ਹਿੰਮਤ ਕਲਾਸ 'ਚ ਜਾਣ ਦੀ ਨਹੀਂ ਹੋ ਰਹੀ ਸੀ ਉਹ ਗਰਾਊਂਡ 'ਚ ਬੈਂਚ 'ਤੇ ਬੈਠ ਗਿਆ ਬੈਂਚ 'ਤੇ ਬੈਠੇ ਬੈਠੇ ਉਹਨੇ ਵਿਚਾਰ ਕੀਤਾ ਕਿ ਜਿਹੀਆਂ ਤਕਲੀਫਾਂ ਤਾਂ ਆਉਣਗੀਆਂ ਇਹਨਾਂ ਔਕੜਾਂ ਨੂੰ ਹੀ ਤਾਂ ਸਾਰ ਕਰਨਾ ਹੈ ਇਸ ਵਿਪਰੀਤ ਸਮੇਂ ਵਿੱਚ ਵੀ ਮੈਨੂੰ ਸਬਰ ਨਹੀਂ ਖੋਣਾ ਚਾਹੀਦਾ ਭਾਵੇਂ ਕੁਝ ਵੀ ਹੋ ਜਾਏ ਮੈਂ ਪੜਨਾ ਹੀ ਹੈ ਅਚਾਨਕ ਉਹਨੇ ਆਪਣੇ ਅੰਦਰ ਹਿੰਮਤ ਮਹਿਸੂਸ ਕੀਤੀ ਉੱਠਿਆ ਤੇ ਤੇਜ਼ ਕਦਮਾਂ ਨਾਲ ਕਲਾਸ ਵੱਲ ਤੁਰ ਪਿਆ ਉਸ ਤੋਂ ਬਾਅਦ ਉਹਨੇ ਲਗਾਤਾਰ ਤਿੰਨ ਕਲਾਸਾਂ ਅਟੈਂਡ ਕੀਤੀਆਂ ਉਨੇ ਤੈ ਕੀਤਾ ਕਿ ਉਹ ਕਿਸੇ ਸਾਹਮਣੇ ਰੋਏਗਾ ਨਹੀਂ ਗੜਗੜਾਏਗਾ ਨਹੀਂ ਕਿਸੇ ਦੋਸਤ ਤੋਂ ਮਦਦ ਨਹੀਂ ਮੰਗੇਗਾ। ਉਹਨੂੰ ਲੱਗ ਰਿਹਾ ਸੀ ਕਿ ਇਸੇ ਸੰਘਰਸ਼ ਦੇ ਰਾਹ ਤੇ ਚੱਲ ਕੇ ਆਪਣੇ ਜੀਵਨ 'ਚ ਕੁਝ ਕਰਨ ਲਾਇਕ ਬਣ ਸਕੇਗਾ। ਉਹਨਾਂ ਨੂੰ ਇਸ ਸੰਘਰਸ਼ ਵਿੱਚ ਅਜਬ ਜੀ ਸੰਤੁਸ਼ਟੀ ਹੋਣ ਲੱਗੀ। ਰਾਤ ਹੋ ਗਈ। ਦੋ ਦਿਨਾਂ ਤੋਂ ਮਨੋਜ ਦੇ ਪੇਟ 'ਚ ਅੰਨ ਦਾ ਇੱਕ ਦਾਣਾ ਵੀ ਨਹੀਂ ਗਿਆ ਸੀ। ਭੁੱਖ ਨਾਲ ਬੇਹਾਲ ਮਨੋਜ ਦੇ ਸਰੀਰ 'ਚ ਤਾਕਤ ਨਹੀਂ ਬਚੀ ਸੀ। ਉਹਨੂੰ ਲੱਗ ਰਿਹਾ ਸੀ ਕਿ ਜੇਕਰ ਉਹਨਾਂ ਨੂੰ ਭੋਜਨ ਨਾ ਮਿਲਿਆ ਤਾਂ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਏਗਾ। ਤੁਰਦੇ-ਤੁਰਦੇ ਉਹ ਲਲਿਤਪੁਰ ਕਲੋਨੀ ਚ ਸਵਿੱਤਰੀ ਢਾਬੇ ਸਾਹਮਣੇ ਪੁੱਜ ਗਿਆ। ਢਾਬੇ ਦੇ ਕਾਊਂਟਰ ਤੇ ਇੱਕ 30 ਸਾਲਾਂ ਨੌਜਵਾਨ ਬੈਠਾ ਸੀ ਜਿਹੜਾ ਸਵਿੱਤਰੀ ਢਾਬੇ ਦਾ ਮਾਲਕ ਸੀ। ਮਨੋਜ ਨੇ ਕਾਊਂਟਰ ਤੇ ਬੈਠੇ ਮਾਲਕ ਨੂੰ ਪੁੱਛਿਆ, "ਮੇਰੇ ਕੋਲ ਪੈਸੇ ਨਹੀਂ ਹਨ। ਕੀ ਤੁਹਾਡੇ ਇੱਥੇ ਮੈਨੂੰ ਮਜ਼ਦੂਰੀ ਬਦਲੇ ਭੋਜਨ ਮਿਲ ਸਕਦਾ ਹੈ?" ਮਨੋਜ ਦੇ ਸਵਾਲ ਚ ਬੇਨਤੀ ਨਹੀਂ ਸਗੋਂ ਭਰੋਸਾ ਸੀ ਜਿਵੇਂ ਆਪਣੇ ਆਪਣਾ ਹੱਕ ਮੰਗ ਰਿਹਾ ਹੋਵੇ। ਢਾਬੇ ਦੇ ਮਾਲਕ ਨੇ ਉਹਨੂੰ ਉਪਰੋਂ ਥੱਲੇੋਂ ਵੇਖਿਆ। ਦੁਬਲੇ ਪਤਲੇ ਮਨੋਜ ਦੇ ਚਿਹਰੇ ਤੇ ਦਾੜ੍ਹੀ ਸੀ, ਢਿੱਲੇ ਜਿਹੇ ਪੈਂਟ ਸ਼ਰਟ ਗੰਦੇ ਹੋ ਗਏ ਸਨ। ਚਿਹਰਾ ਕਮਜ਼ੋਰ ਸੀ, ਅੱਖਾਂ ਅੰਦਰ ਨੂੰ ਧਸ ਗਈਆਂ ਸਨ। ਢਾਬੇ ਦੇ ਮਾਲਕ ਨੇ ਕੁਝ ਸੋਚ ਕੇ ਵਿਚਾਰ ਦੇ ਜਵਾਬ ਦਿੱਤਾ। ਢਾਬੇ 'ਚ ਕੰਮ ਕਰਨ ਲਈ ਤਾਂ ਮੇਰੇ ਕੋਲ ਪਹਿਲਾਂ ਤੋਂ ਹੀ ਵਰਕਰ ਹਨ। ਢਾਬੇ ਦੇ ਮਾਲਕ ਦੀ ਗੱਲ ਸੁਣ ਕੇ ਮਨੋਜ ਨਿਰਾਸ਼ ਨਾ ਹੋਇਆ, ਉਹਨੇ ਕਿਸੇ ਉਮੀਦ ਦੇ ਭਰੋਸੇ ਨਾਲ ਕਿਹਾ, "ਮੇਰੇ ਲਈ ਭੋਜਨ ਜ਼ਰੂਰੀ ਹੈ। ਪੈਸੇ ਨਾ ਹੋਣ ਕਾਰਨ ਮੈਂ ਮਜ਼ਦੂਰੀ ਕਰਕੇ ਭੋਜਨ ਕਰਨਾ ਚਾਹੁੰਦਾ ਢਾਬੇ ਦੇ ਮਾਲਕ ਦੇ ਇੱਥੇ ਸੈਂਕੜੇ ਮੁੰਡੇ ਖਾਣਾ ਖਾਣ ਆਉਂਦੇ ਸਨ ਕਈਆਂ ਕੋਲ ਸਮੇਂ ਤੇ ਦੇਣ ਲਈ ਪੈਸੇ ਨਹੀਂ ਹੁੰਦੇ ਸੀ ਉਧਾਰ ਵੀ ਖਾਂਦੇ ਸਨ ਕਈ ਵਾਰੀ ਉਧਾਰ ਮੁੜਦਾ ਵੀ ਨਹੀਂ ਸੀ ਕਈ ਵਾਰੀ ਮੁੰਡੇ ਪੈਸੇ ਨਾ ਹੋਣ ਤੇ ਰੋਣੀ ਸੂਰਤ ਬਣਾ ਕੇ ਫ੍ਰੀ 'ਚ ਵੀ ਖਾ ਜਾਂਦੇ ਸਨ ਢਾਬੇ ਦਾ ਮਾਲਕ ਮੁੰਡਿਆਂ ਦੀ ਰਗ ਰਗ ਤੋਂ ਵਾਕਿਫ ਸੀ ਪਰ ਜੇਆ ਕੋਈ ਮੁੰਡਾ ਜਾਂ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਇਸ ਢਾਬੇ 'ਚ ਪਹਿਲਾਂ ਕਦੇ ਨਹੀਂ ਆਇਆ ਟਾਬੇ ਦੇ ਮਾਲਕ ਨੇ ਨੌਕਰ ਨੂੰ ਆਵਾਜ਼ ਮਾਰੀ ਇਹਨਾਂ ਭਾਈ ਸਾਹਿਬ ਲਈ ਇੱਕ ਥਾਲੀ ਲਗਾਓ ਮਨੋਜ ਸਾਹਮਣੇ ਦਾਲ ਆਲੂ ਗੋਭੀ ਦੀ ਸਬਜ਼ੀ ਪੰਜ ਰੋਟੀਆਂ ਚੌਲਾਂ ਨਾਲ ਸਜੀ ਥਾਲੀ ਆ ਗਈ ਉਹ ਖਾਣਾ ਖਾਣ ਲੱਗਾ ਉਹਦਾ ਦਿਮਾਗ ਸੁੰਨ ਹੋ ਗਿਆ ਸੀ ਅੱਜ ਦਾ ਭੋਜਨ ਸਧਾਰਨ ਨਹੀਂ ਸੀ ਭੋਜਨ ਪਾਉਣ ਦਾ ਅੱਜ ਦਾ ਤਰੀਕਾ ਵੀ ਸਧਾਰਨ ਨਹੀਂ ਸੀ ਰੋਜ਼ਾਨਾ ਕਿੰਨਾ ਸੌਖਿਆ ਭੋਜਨ ਮਿਲਦਾ ਹੈ ਢੇਟ ਪਰ ਭੋਜਨ ਮਿਲਣਾ ਕਿੰਨਾ ਔਖਾ ਹੁੰਦਾ ਹੈ ਇਹ ਮਨੋਜ ਨੂੰ ਅੱਜ ਮਹਿਸੂਸ ਹੋ ਰਿਹਾ ਸੀ ਉਹਦੀਆਂ ਅੱਖਾਂ ਚੱਥਰੂ ਆ ਰਹੇ ਸਨ ਜਿਨ੍ਹਾਂ ਨੂੰ ਰੋਕ ਰਿਹਾ ਸੀ ਉਹ ਟਾਬੇ ਦੇ ਮਾਲਕ ਦੀ ਨੇਕ ਦਲੀ ਤੇ ਵੀ ਭਵਕ ਹੋ ਰਿਹਾ ਸੀ ਭੋਜਨ ਕਰਨ ਤੋਂ ਬਾਅਦ ਉਹ ਟਾਬੇ ਦੇ ਮਾਲਕ ਕੋਲ ਗਿਆ ਧੰਨਵਾਦ ਹੁਣ ਤੁਸੀਂ ਮੇਰਾ ਕੰਮ ਦੱਸੋ ਮੈਂ ਕੋਈ ਵੀ ਕੰਮ ਕਰ ਸਕਦਾ ਟਾਬੇ ਦਾ ਮਾਲਕ ਫੇਰ ਮਨੋਜ ਨੂੰ ਰੂਬਰੂ ਹੋ ਰਿਹਾ ਸੀ ਤੁਸੀਂ ਖਾਣਾ ਖਾ ਲਿਆ ਤੁਹਾਨੂੰ ਇਸ ਬਦਲੇ ਮਜ਼ਦੂਰੀ ਕਰਨ ਦੀ ਲੋੜ ਨਹੀਂ ਹੈ ਉਸ ਸਮੇਂ ਟਾਬੇ 'ਚੋਂ ਮਨੋਜ ਦੇ ਕਾਲਜ ਦਾ ਦੋਸਤ ਰਵੀ ਕੰਧਵੈਦੀ ਆ ਗਿਆ ਪੁੱਛਣ ਤੇ ਟਾਬੇ ਦੇ ਮਾਲਕ ਨੇ ਉਹਨੂੰ ਪੂਰੀ ਕਹਾਣੀ ਆਕ ਸੁਣਾਈ ਕਾਰਨ ਜਾਣ ਕੇ ਉਹਨੇ ਖਾਣੇ ਦੇ 30 ਰੁਪਏ ਕੱਢ ਕੇ ਢਾਬੇ ਦੇ ਮਾਲਕ ਵੱਲ ਵਧਾ ਦਿੱਤੇ ਪਰ ਮਨੋਜ ਭੋਜਨ ਬਦਲੇ ਮਜ਼ਦੂਰੀ ਕਰਨ ਤੇ ਅੜਿਆ ਰਿਹਾ ਇਹ ਸੀਨ ਨੂੰ ਹੁਣ ਢਾਬੇ 'ਚ ਹਾਜ਼ਰ ਹਰੇਕ ਵਿਅਕਤੀ ਵੇਖ ਰਿਹਾ ਸੀ ਇੱਕ ਦਾੜੀ ਵਾਲਾ ਕਮਜ਼ੋਰ ਜਿਹਾ ਮੁੰਡਾ ਖਾਣਾ ਖਾਣ ਬਦਲੇ ਮਜ਼ਦੂਰੀ ਕਰਨ ਦੀ ਜ਼ਿੱਦ ਤੇ ਅੜਿਆ ਹੋਇਆ ਢਾਬੇ ਦਾ ਮਾਲਕ ਉਸ ਤੋਂ ਮਜ਼ਦੂਰੀ ਕਰਾਉਣ ਨੂੰ ਤਿਆਰ ਨਹੀਂ ਹੈ ਇੱਕ ਦੂਜੇ ਮੁੰਡੇ ਨੇ ਥਾਲੀ ਦੀ ਕੀਮਤ ਦੇ 30 ਰੁਪਏ ਕੱਢ ਕੇ ਆਪਣੇ ਹੱਥ ਫੜੇ ਹੈ ਬਹੁਤ ਅਜਬ ਦ੍ਰਿਸ਼ ਸੀ ਰਵੀਕਾਂਤ ਨੂੰ ਵੀ ਨਹੀਂ ਪਤਾ ਸੀ ਕਿ ਕਾਲਜ ਦੇ ਸਿੱਧਾ ਸਰਲ ਜਿਹਾ ਦਿਖਣ ਵਾਲਾ ਮਨੋਜ ਇੰਨਾ ਜਿੱਦੀ ਹੈ। ਮਨੋਜ ਜਿਵੇਂ ਕਿਸੇ ਨਸ਼ੇ 'ਚ ਬੋਲ ਰਿਹਾ ਸੀ, ਉਹਦਾ ਦਿਮਾਗ ਜਿਵੇਂ ਇੱਕ ਹੀ ਥਾਂ ਰੁਕ ਗਿਆ ਸੀ। ਉਹਨੂੰ ਪਤਾ ਨਹੀਂ ਸੀ ਕਿ ਜ਼ਿੱਦ ਉਸ ਅੰਦਰ ਕਿਉਂ ਤੇ ਕਿਵੇਂ ਆ ਗਈ। ਉਹਨੇ ਟਾਬੇ ਦੇ ਮਾਲਕ ਨੂੰ ਮੁੜ ਕੇ ਆ ਜੇਕਰ ਮੈਨੂੰ ਕੰਮ ਕਰਨ ਨਹੀਂ ਦਿੱਤਾ ਜਾਏਗਾ ਤੇ ਮੈਂ ਇੱਥੇ ਹੀ ਖੜਾ ਰਹਾਂਗਾ। ਤੁਸੀਂ ਟੱਬਾ ਬੰਦ ਕਰ ਦਿਓਗੇ ਤਾਂ ਟਾਬੇ ਦੇ ਬਾਹਰ ਖੜਿਆ ਰਹਾਂਗਾ। ਉਦੋਂ ਤੱਕ ਖੜਾ ਰਹਾਂਗਾ ਜਦੋਂ ਤੱਕ ਤੁਸੀਂ ਮੈਨੂੰ ਕੰਮ ਕਰਨ ਦੀ ਆਗਿਆ ਨਹੀਂ ਦੇ ਦਿੰਦੇ ਤਿੰਨ ਦਿਨ ਸੜਕ ਤੇ ਬਤੌਣ ਕਰਨ ਉਹਨੂੰ ਅਭਿਆਸ ਹੋ ਗਿਆ ਸੀ ਉਹ ਆਖ ਸਕਦਾ ਸੀ ਕਿ ਉਹ ਢਾਬੇ ਦੇ ਬਾਹਰ ਉਦੋਂ ਤੱਕ ਖੜਾ ਰਹੇਗਾ ਜਦੋਂ ਤੱਕ ਉਹਨੂੰ ਕੰਮ ਕਰਨ ਦੀ ਆਗਿਆ ਨਹੀਂ ਮਿਲ ਜਾਂਦੀ ਹੁਣ ਢਾਬੇ ਦੇ ਮਾਲਕ ਕੋਲ ਕਹਿਣ ਲਈ ਕੁਝ ਨਾ ਰਿਹਾ ਰਵਿਕਾਂਤ ਨੂੰ ਸਮਝ ਆ ਰਿਹਾ ਸੀ ਰਵਿਕਾਂਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਹ ਆਪਣੇ ਹੱਥ ਵਿੱਚ 30 ਰੁਪਏ ਲਈ ਖੜਾ ਸੀ ਟਾਬੇ 'ਚ ਹਾਜ਼ਰ ਕੁਝ ਲੋਕ ਇਸ ਦ੍ਰਿਸ਼ ਤੇ ਹੱਸ ਰਹੇ ਸਨ ਕਈਆਂ ਨੂੰ ਮਨੋਜ ਇੱਕ ਬੇਬਕੂਫ ਤੇ ਅਤ ਅਦਰਸ਼ਵਾਦੀ ਮੁੰਡਾ ਨਜ਼ਰ ਆ ਰਿਹਾ ਸੀ ਟਾਬੇ ਦੇ ਮਾਲਕ ਨੇ ਹਾਰ ਕੇ ਨੌਕਰ ਨੂੰ ਕਿਹਾ ਇਹਨਾਂ ਭਾਈ ਸਾਹਿਬ ਨੂੰ ਅੰਦਰ ਲੈ ਜਾਓ ਇਹ ਭਾਂਡੇ ਮੰਜਣਗੇ ਨੌਕਰਾਂ ਨੂੰ ਅਜੀਬ ਜਿਹਾ ਲੱਗਿਆ ਇਸ ਟਾਬੇ 'ਚ ਕਈ ਲੋਕ ਮੁਫਤ ਖਾ ਕੇ ਚਲੇ ਗਏ ਕਈ ਉਧਾਰ ਖਾ ਕੇ ਵਾਪਸ ਨਹੀਂ ਆਏ ਪਰ ਟਾਬੇ ਦੇ ਮਾਲਕ ਨੇ ਕਦੇ ਕਿਸੇ ਤੋਂ ਭਾਂਡੇ ਨਹੀਂ ਮੰਜਵਾਏ ਭਾਵੇਂ ਢਾਬੇ ਦੇ ਮਾਲਕ ਦਾ ਇਹ ਧੰਦਾ ਸੀ ਪਰ ਉਸਨੇ ਕਦੇ ਵੀ ਪੜਨ ਵਾਲੇ ਮੁੰਡਿਆਂ ਨੂੰ ਪੈਸਿਆਂ ਲਈ ਪਰੇਸ਼ਾਨ ਨਹੀਂ ਕੀਤਾ ਫਿਰ ਵੀ ਉਹਦਾ ਢਾਬਾ ਉਹਨੂੰ ਬਹੁਤ ਕਮਾ ਕੇ ਦਿੰਦਾ ਸੀ ਪਰ ਅੱਜ ਢਾਬੇ ਦੇ ਮਾਲਕ ਨੂੰ ਇਸ ਨੌਜਵਾਨ ਦੀ ਜ਼ਿੱਦ ਨੇ ਮਜਬੂਰ ਕਰ ਦਿੱਤਾ ਢਾਬੇ ਦੇ ਮਾਲਕ ਨੇ ਮੁੜ ਉਹੀ ਗੱਲ ਦੁਹرائی ਤਾਂ ਨੌਕਰ ਮਨੋਜ ਨੂੰ ਅੰਦਰ ਲੈ ਗਿਆ ਨੋਜ ਨੇ ਅੰਦਰ ਜਾ ਕੇ ਅੱਧੇ ਘੰਟੇ ਤੱਕ ਭਾਂਡੇ ਮਾਂਜੇ ਰਵੀਕਾਂਤ ਢਾਬੇ 'ਚ ਬੈਠ ਕੇ ਉਹਦੇ ਬਾਹਰ ਆਉਣ ਦੀ ਉਡੀਕ ਕਰਦਾ ਰਿਹਾ ਮਨੋਜ ਨੇ ਵਾਪਸ ਆ ਕੇ ਟਾਬੇ ਦੇ ਮਾਲਕ ਨੂੰ ਕਿਹਾ ਭੋਜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਦੀਆਂ ਅੱਖਾਂ 'ਚ ਚਮਕ ਸੀ ਟਾਬੇ ਦਾ ਮਾਲਕ ਆਪਣੀ ਕੁਰਸੀ ਤੋਂ ਉੱਠਿਆ ਤੇ ਕਾਊਂਟਰ ਤੋਂ ਬਾਹਰ ਆ ਗਿਆ ਉਹਨੇ ਮਨੋਜ ਨੂੰ ਦਰਵਾਜ਼ੇ ਤੱਕ ਛੱਡਿਆ ਜਾਂਦੇ ਸਮੇਂ ਹੱਥ ਮਿਲਾਉਣ ਲਈ ਆਪਣਾ ਹੱਥ ਵਧਾ ਦਿੱਤਾ ਮਨੋਜ ਨੇ ਟਾਬੇ ਦੇ ਮਾਲਕ ਨਾਲ ਹੱਥ ਮਿਲਾਇਆ ਟਾਬੇ ਦਾ ਮਾਲਕ ਕੁਝ ਬੋਲਣਾ ਚਾਹੁੰਦਾ ਸੀ ਪਰ ਬੋਲ ਨਾ ਸਕਿਆ ਰਵੀ ਕਾਂਤ ਉਹਨੂੰ ਆਪਣੇ ਕਮਰੇ ਤੇ ਲੈ ਗਿਆ ਅੰਗ 12 ਰਵੀਕਾਂਤ ਨੇ ਮਨੋਜ ਨੂੰ ਕਿਹਾ ਮਨੋਜ ਤੁਸੀਂ ਤਿੰਨ ਦਿਨ ਤੋਂ ਬਾਰ ਭਟਕ ਰਹੇ ਸੀ ਤੁਹਾਨੂੰ ਆਪਣੀ ਪਰੇਸ਼ਾਨੀ ਇੱਕ ਵਾਰੀ ਮੈਨੂੰ ਦੱਸਣੀ ਚਾਹੀਦੀ ਸੀ ਮਨੋਜ ਉਹਦੀ ਗੱਲ ਸੁਣ ਕੇ ਭਾਵੁਕ ਹੋ ਗਿਆ ਉਹਨੇ ਕਿਹਾ ਇਹ ਤਾਂ ਜੀਵਨ ਦੇ ਅਨੁਭਵ ਹਨ ਜਿਹੜੇ ਮੈਨੂੰ ਮਜ਼ਬੂਤ ਬਣਾਉਂਦੇ ਹਨ ਇਸ 'ਚ ਕੀ ਪਰੇਸ਼ਾਨੀ ਕਿੰਨੇ ਲੋਕ ਰਾਤ ਨੂੰ ਖੁੱਲੀ ਛੱਤ ਥੱਲੇ ਸੌਂਦੇ ਹਨ ਕਿੰਨੇ ਭੁੱਖੇ ਪੇਟ ਸੌਂਦੇ ਹਨ ਇਨ੍ਹਾਂ ਤਿੰਨ ਦਿਨਾਂ 'ਚ ਮੈਂ ਉਸ ਗਰੀਬ ਤੇ ਦੁਖੀ ਵਰਗ ਨੇੜੇ ਪਹੁੰਚਿਆ ਜਿਹਨੂੰ Karl Marx ਨੇ ਪ੍ਰੋਲਤਾਰੀ ਦਾ ਨਾਮ ਦਿੱਤਾ ਸਾਨੂੰ ਆਪਣੀ ਨਿਸ਼ਠਾ ਇਸ ਅਪਰੋਲਤਾਰੀ ਵਰਗ ਦੇ ਪੱਖ 'ਚ ਰੱਖਣੀ ਚਾਹੀਦੀ ਹੈ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਨਾਲ ਜੁੜਨ ਦਾ ਇਹੀ ਤਜਰਬਾ ਮੇਰੀ ਤਾਕਤ ਹੈ ਉਹਨੇ ਆਪਣੇ ਪਿਛਲੇ 3 ਦਿਨਾਂ ਦੇ ਤਜਰਬੇ ਦਾ ਮੇਲ ਪ੍ਰਿੰਸੀਪਲ ਸਰ ਵੱਲੋਂ ਦਿੱਤੇ ਮਾਰਕਸਵਾਦ ਦੇ ਲੈਕਚਰ ਨਾਲ ਕਰ ਦਿੱਤਾ ਅਗਲੇ 2 ਦਿਨ ਮਨੋਜ ਰਵੀ ਕਾਂਦ ਦੇ ਕਮਰੇ ਤੇ ਹੀ ਰਿਹਾ ਰਵੀ ਕਾਂਦ ਦੇ ਇੱਕ ਗੁਰੂਜੀ ਦਿਵਾਲੀ ਸਰ ਨਵਾਂ ਬਾਜ਼ਾਰ 'ਚ ਕਮਰਾ ਲੈ ਕੇ ਰਹਿੰਦੇ ਸਨ ਉਹ ਨਵਾਂ ਬਾਜ਼ਾਰ 'ਚ ਇੱਕ ਹਾਲ ਕਿਰਾਏ 'ਤੇ ਲੈ ਕੇ ਇੰਗਲਿਸ਼ ਸਪੀਕਿੰਗ ਤੇ ਗ੍ਰਾਮਰ ਦੀ ਕੋਚਿੰਗ ਦਿੰਦੇ ਸੀ। ਉਹਨੇ ਮਨੋਜ ਨੂੰ ਕਿਹਾ ਤੂੰ ਸਭ ਨੂੰ ਛੱਡ ਤਿਵਾਰੀ ਸਰ ਨੂੰ ਇੱਕ ਰੂਮ ਪਾਰਟਨਰ ਦੀ ਲੋੜ ਹੈ। ਉਹਨਾਂ ਦੇ ਕਮਰੇ ਦਾ ਕਿਰਾਇਆ 500 ਰੁਪਏ ਅੱਧਾ ਤੁਸੀਂ ਦੇ ਦੇਣਾ। ਉਹ ਤੈਨੂੰ ਇੰਗਲਿਸ਼ ਵੀ ਪੜਾ ਦਿਆ ਕਰੂਗੇ। ਮਨੋਜ ਨੂੰ ਇਹ ਤਜਵੀਜ਼ ਚੰਗੀ ਲੱਗੀ। ਉੱਤਰ ਲੋਕੀ ਦੇ ਕਮਰੇ 'ਚੋਂ ਆਪਣਾ ਸੂਟਕੇਸ ਤੇ ਦਰੀ ਲੈ ਕੇ ਤਿਵਾਰੀ ਸਰ ਦੇ ਕਮਰੇ 'ਤੇ ਆ ਗਿਆ। ਤਿਵਾਰੀ ਸਰ ਬੌਣੇ ਕੱਦ ਦੇ 30 ਸਾਲਾਂ ਨੌਜਵਾਨ ਸਨ। ਉਹਨਾਂ ਕਾਲੇ ਰੰਗ ਦੀ ਮੋਟੀ ਐਨਕ ਲਗਾਈ ਸੀ ਕੋਚਿੰਗ 'ਚ ਬੈਠੇ ਬੈਠੇ ਉਹਨਾਂ ਦਾ ਪੇਟ ਨਿਕਲ ਆਇਆ ਸੀ ਉਹ ਕੋਚਿੰਗ ਪੜਾ ਕੇ ਆਉਣ ਤੋਂ ਬਾਅਦ ਥੱਕੇ ਹੋਏ ਆਪਣੇ ਮੰਜੇ ਤੇ ਆਰਾਮ ਕਰ ਰਹੇ ਸਨ ਮਨੋਜ ਉਹਨਾਂ ਨੂੰ ਇੰਗਲਿਸ਼ ਦਾ ਗੁਰੂ ਮੰਨਦੇ ਹੋਏ ਉਹਨਾਂ ਦੇ ਪੈਰੀਂ ਪੈ ਗਿਆ ਉਹਨੂੰ ਉਮੀਦ ਸੀ ਕਿ ਉਹਦੀ ਇੰਗਲਿਸ਼ ਹੁਣ ਸੁਧਰ ਜਾਏਗੀ ਉਹਨੇ ਆਪਣੀ ਦਰੀ ਜ਼ਮੀਨ ਤੇ ਵਿਛਾ ਲਈ ਹੁਣ ਗੁਰੂ ਵਿਆਸ ਅਸਣ ਤੇ ਤੇ ਚੇਲਾ ਉਹਨਾਂ ਦੇ ਚਰਨਾਂ 'ਚ ਬੈਠਾ ਦਿਖ ਰਿਹਾ ਸੀ ਉਹਨੂੰ ਇੱਕ ਸਥਾਈ ਕਮਰਾ ਤੇ ਇੱਕ ਯੋਗ ਇੰਗਲਿਸ਼ ਗੁਰੂ ਮਿਲ ਗਿਆ तिवारी ਸਰ ਨੂੰ ਇੱਕ ਵਰਕਰ ਮਿਲ ਗਿਆ ਹੁਣ ਮਨੋਜ ਦਾ ਦਿਨ ਦਾ ਨਵਾਂ ਵਿਹਾਰ ਕਾਜ ਸ਼ੁਰੂ ਹੋ ਗਿਆ ਸਵੇਰੇ 7 ਵਜੇ ਦੁੱਧ ਗਰਮ ਕਰਕੇ ਗੁਰੂ ਜੀ ਨੂੰ ਦੇਣਾ ਸਵੇਰੇ ਸ਼ਾਮ ਖਾਣਾ ਬਣਾਉਣਾ ਗੁਰੂ ਜੀ ਕੋਚਿੰਗ ਤੋਂ ਥੱਕੇ ਟੁੱਟੇ ਆਉਂਦੇ ਤੇ ਆ ਕੇ ਆਪਣੇ ਮੰਜੇ ਤੇ ਲੇਟ ਜਾਂਦੇ ਇੱਕ ਸ਼ਾਮ ਉਹਨੇ ਗੁਰੂ ਜੀ ਨੂੰ ਕਿਹਾ ਸਰ ਮੈਨੂੰ ਮੈਕਬਥ ਪੜਾ ਦਿਓ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਥਕਾਵਟ ਮਹਿਸੂਸ ਕਰ ਰਹੇ ਗੁਰੂ ਜੀ ਨੇ ਕਹ ਪੜਾ ਦੇਾਂਗੇ ਅੱਜ ਤਾਂ ਮੈਂ ਬਹੁਤ ਥੱਕ ਗਿਆ ਇੱਕ ਕੰਮ ਕਰ ਦਿਓ ਮੇਰੀਆਂ ਤਲੀਆਂ ਦਰਦ ਕਰ ਰਹੀਆਂ ਥੋੜਾ ਦਬਾ ਦਿਓ ਗੁਰੂ ਦੀ ਸੇਵਾ ਕਰਨ ਚ ਮਨੋਜ ਨੂੰ ਕੋਈ ਝਿਜਕ ਨਹੀਂ ਸੀ ਇਸ ਸੇਵਾ ਦੇ ਦਰ ਤੋਂ ਹੀ ਗਿਆਨ ਦੀ ਪ੍ਰਾਪਤੀ ਹੋਏਗੀ ਇਹਨਾਂ ਨੂੰ ਜਾਣਦਾ ਸੀ ਉਹਨੇ ਗੁਰੂ ਜੀ ਦੀ ਆਗਿਆ ਦਾ ਪਾਲਨ ਉਹਨਾਂ ਦੀ ਉਮੀਦ ਤੋਂ ਵੀ ਵਧੀਆ ਢੰਗ ਨਾਲ ਕਰਨਾ ਚਾਹੀਦਾ ਇੱਕ ਬਾਲਟੀ 'ਚ ਗਰਮ ਪਾਣੀ ਲੈ ਕੇ ਗੁਰੂ ਜੀ ਦੇ ਪੈਰੋਸ 'ਚ ਪਾ ਦਿੱਤੇ ਰਗੜ ਰਗੜ ਕੇ ਤਲੀਆਂ ਦੀ ਮਾਲਿਸ਼ ਕਰਨ ਲੱਗਾ ਮਾਲਿਸ਼ ਤੋਂ ਆਨੰਦ ਲੈਂਦੇ ਹੋਏ ਗੁਰੂ ਜੀ ਨੇ ਉਦਾਰ ਹੁੰਦੇ ਹੋਏ ਇੱਕ ਪ੍ਰਸਤਾਵ ਦਿੱਤਾ ਲਿਟਰੇਚਰ ਤੋਂ ਪਹਿਲਾਂ ਗ੍ਰਾਮਰ ਤੇ ਸਪੀਕਿੰਗ ਸਿੱਖਣਾ ਜ਼ਰੂਰੀ ਹੈ ਤੁਸੀਂ ਕੱਲ ਤੋਂ ਸ਼ਾਮ 7 ਵਜੇ ਦੇ ਬੈਚ ਵਿੱਚ ਆ ਜਾਇਆ ਕਰੋ ਨਵਾਂ ਬੈਚ ਹੈ ਸਾਰੇ ਤੁਹਾਡੀ ਉਮਰ ਦੇ ਮੁੰਡੇ ਕੁੜੀਆਂ ਹਨ ਮਨੋਜ ਨੂੰ ਇਹ ਪ੍ਰਸਤਾਵ ਉਪਯੋਗੀ ਲੱਗਾ ਗੁਰੂ ਜੀ ਉਹਨੂੰ ਮੁਫਤ ਵਿੱਚ ਕੋਚਿੰਗ ਦੇਣ ਵਾਲੇ ਸਨ ਇਸ ਲਈ ਉਹਨਾਂ ਨੇ ਨਹਾਉਣ ਤੋਂ ਬਾਅਦ ਆਪਣੇ ਕੱਪੜੇ ਧੋਣੇ ਬੰਦ ਕਰ ਦਿੱਤੇ ਮਨੋਜ ਬਾਥਰੂਮ 'ਚ ਨਹਾਉਣ ਜਾਂਦਾ ਪਹਿਲਾਂ ਗੁਰੂ ਜੀ ਦੇ ਕੱਛੇ ਬਣਾਉਣ ਤੋਂ ਦਿੰਦਾ ਸ਼ਾਮ ਨੂੰ ਇੰਗਲਿਸ਼ ਦੀ ਕੋਚਿੰਗ ਜਾਣ ਲੱਗਾ 1 ਘੰਟੇ ਦੀ ਕਲਾਸ ਵਿੱਚ 15 ਮਿੰਟ ਇੰਗਲਿਸ਼ ਦੀ ਪੜਾਈ ਹੁੰਦੀ ਸੀ ਬਾਕੀ ਜ਼ਿਆਦਾਤਰ ਸਮਾਂ ਇੰਗਲਿਸ਼ ਤੇ ਨਾਂ ਤੇ ਮੁੰਡੇ ਕੁੜੀਆਂ ਦਾ ਇਕੱਠ ਹੀ ਹੁੰਦਾ ਸੀ ਗੁਰੂ ਜੀ ਪ੍ਰੈਜ਼ੈਂਟ ਟੈਂਸ ਨਾਲ ਕਲਾਸ ਸ਼ੁਰੂ ਕਰਦੇ ਤੇ ਤਿੰਨ ਮਹੀਨਿਆਂ 'ਚ ਪਾਸਟ ਟੈਂਸ ਤੋਂ ਹੁੰਦੇ ਹੋਏ ਫਿਊਚਰ ਟੈਸਟ ਤੱਕ ਪਹੁੰਚਦੇ ਦੇ ਸੀ ਗੁਰੂ ਜੀ ਇੰਗਲਿਸ਼ ਦਾ ਅਖਬਾਰ ਜਾਂ ਕੋਈ ਮੈਗਜ਼ੀਨ ਲੈ ਆਉਂਦੇ ਸੀ ਜਿਹਨੂੰ ਮੁੰਡੇ ਕੁੜੀਆਂ ਪੜ੍ਹਦੇ ਤੇ ਗੁਰੂ ਜੀ ਉਹਦਾ ਅਰਥ ਦੱਸਦੇ ਗੁਰੂ ਜੀ ਜਾਣਦੇ ਸੀ ਕਿ ਇੰਗਲਿਸ਼ ਸਿੱਖਣਾ ਇੱਕ ਅੰਤਹੀਣ ਪ੍ਰਕਿਰਿਆ ਹੈ ਇਸ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਧੀਮੀ ਗਤੀ ਨਾਲ ਸਿੱਖਣ ਤੇ ਇਹ ਵਿਦੇਸ਼ੀ ਭਾਸ਼ਾ ਸਮਝ ਆ ਸਕੇਗੀ ਇਸ ਲਈ ਗੁਰੂ ਜੀ ਨੂੰ ਇੰਗਲਿਸ਼ ਸਿਖਾਉਣ ਤੇ ਬੱਚਿਆਂ ਨੂੰ ਸਿੱਖਣ ਦੀ ਕੋਈ ਕਾਲ ਨਹੀਂ ਸੀ 10 ਬੰਦਿਆਂ ਦੀ ਕਲਾਸ ਵਿੱਚ 4 ਕੁੜੀਆਂ 6 ਮੁੰਡੇ ਸੀ ਮਨੋਜ ਨੂੰ ਕਲਾਸਟ ਆਉਂਦੇ ਆ ਪੂਰਾ ਮਹੀਨਾ ਹੋ ਗਿਆ ਪਰ ਉਹ ਪ੍ਰੈਜ਼ੈਂਟ ਟੈਂਸ ਵੀ ਚੰਗੀ ਤਰ੍ਹਾਂ ਨਾ ਸਿੱਖ ਸਕਿਆ ਹੀ ਗੋਜ਼ ਹੀ ਗੋ ਹੀ ਇਸ ਗੋਇੰਗ ਦੇ ਪ੍ਰਯੋਗ ਚ ਕੋਈ ਅੰਤਰ ਨਹੀਂ ਸਮਝਦਾ ਸੀ ਕੁਝ ਮੁੰਡੇ ਗੁਰੂ ਜੀ ਦੇ ਇੱਥੇ ਪੂਰਾ ਸਾਲ ਪੜ੍ਹਦੇ ਪਰ ਉਪਲਬਧੀ ਦੇ ਨਾਂ ਤੇ ਸਿਰਫ ਪ੍ਰੇਮਿਕਾ ਤੋਂ ਬਿਨਾ ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ ਸੀ ਕੁਝ ਪ੍ਰੇਮਕਾਵਾਂ ਨੂੰ ਪ੍ਰੇਮੀ ਵੀ ਮਿਲ ਜਾਂਦੇ ਸੀ ਅਰਥਾਤ ਗੁਰੂ ਜੀ ਦੀ ਇਸ ਸੰਸਥਾ ਇੱਕ ਪ੍ਰੇਮ ਕੇਂਦਰ ਦੇ ਰੂਪ ਚ ਜ਼ਿਆਦਾ ਵਿਕਸਿਤ ਹੋ ਗਿਆ ਸੀ ਐਮ ਐਲ ਬੀ ਕਾਲਜ ਚ ਕੁੜੀਆਂ ਨਹੀਂ ਪੜਦੀਆਂ ਸਨ ਤੇ ਕੇ ਆਰ ਜੀ ਕਾਲਜ ਚ ਮੁੰਡੇ ਨਹੀਂ ਪੜਦੇ ਸੀ ਇਸ ਲਈ ਪ੍ਰੇਮ ਦੇ ਇਛਕ ਮੁੰਡੇ ਕੁੜੀਆਂ ਕਿੱਥੇ ਜਾਂਦੇ ਗੁਰੂ ਜੀ ਨੇ ਆਪਣਾ ਕੋਚਿੰਗ ਸੈਂਟਰ ਖੋਲ ਕੇ ਇਸ ਦਿਸ਼ਾ ਚ ਮਹਾਨ ਕੰਮ ਕੀਤਾ ਸੀ ਕਿਉਂਕਿ ਕੋਚਿੰਗ ਵਿੱਚ ਸਾਰਾ ਇਨਵੈਸਟਮੈਂਟ ਗੁਰੂ ਜੀ ਨੇ ਕੀਤਾ ਸੀ ਇਸ ਲਈ ਪ੍ਰੇਮ ਕਰਨ ਦਾ ਪਹਿਲਾ ਅਧਿਕਾਰ ਗੁਰੂ ਜੀ ਆਪਣਾ ਹੀ ਮੰਨਦੇ ਸੀ ਹਰੇਕ ਸਾਲ ਗੁਰੂ ਜੀ ਹਸਤਨ 2 ਜਾਂ 3 ਪਿਆਰ ਕਰਦੇ ਇੱਕ ਦਿਨ ਇੱਕ ਕੁੜੀ ਨੇ ਗੁਰੂ ਜੀ ਨੂੰ ਕਿਹਾ ਸਰ ਅੱਜ ਮੋਨਾ ਦਾ ਬਰਥਡੇ ਹੈ ਮੋਨਾ ਕੇਆਰਜੀ ਗਰਲਸ ਕਾਲਜ ਤੋਂ ਬੀਐਸਸੀ ਕਰ ਰਹੀ ਸੀ ਪੁਰਾਣੇ ਬੈਚ ਬਿਨਾਂ ਇੰਗਲਿਸ਼ ਸਿੱਖਿਆ ਆਪਣਾ 1 ਸਾਲ ਪੂਰਾ ਕਰ ਚੁੱਕੇ ਸਨ ਉਹਨਾਂ ਬੈਚਾਂ 'ਚ ਪੈਦਾ ਹੋਏ ਗੁਰੂਜੀ ਦੇ ਪਿਛਲੇ ਪਿਆਰ ਵੀ ਵਿਆਹ ਕਰਾ ਕੇ ਆਪਣੇ ਸੌਰੇ ਜਾ ਚੁੱਕੇ ਸਨ ਇਸ ਲਈ ਗੁਰੂਜੀ ਨੂੰ ਮੋਨਾ ਨਾਲ ਪਿਆਰ ਕਰਨ ਦੀ ਲੋੜ ਮਹਿਸੂਸ ਹੋ ਰਹੀ ਸੀ ਪਰ ਮੋਨਾ ਗੁਰੂਜੀ ਤੇ ਧਿਆਨ ਨਹੀਂ ਦਿੰਦੀ ਸੀ ਪਰ ਗੁਰੂਜੀ ਪੁਰਾਣੇ ਖਿਡਾਰੀ ਸੀ ਜਨਮ ਦਿਨ ਪਿਆਰ ਸ਼ੁਰੂ ਕਰਨ ਦਾ ਵਧੀਆ ਮੌਕਾ ਹੋ ਸਕਦਾ ਹੈ ਇਸ ਲਈ ਪਿਆਰ ਦੇ ਕਾਲੇ ਗੁਰੂ ਜੀ ਨੇ ਕਲਾਸ 'ਚ ਰੈਂਗਦੀ ਹੋਈ ਇੰਗਲਿਸ਼ ਨੂੰ ਰੋਕ ਦਿੱਤਾ ਤੇ ਇੱਕ ਹੋਰ ਮੁੰਡੇ ਨੂੰ ਕਿਹਾ ਲਓ ਅੱਜ ਮੋਨਾ ਦਾ ਬਰਥਡੇਅ ਹੈ ਤੇ ਤੁਸੀਂ ਹੱਥ ਤੇ ਹੱਥ ਰੱਖੀ ਬੈਠੇ ਹੋ ਗੁਰੂ ਜੀ ਨੇ ਇੱਕ ਮੁੰਡੇ ਨੂੰ ਐਸ ਐਸ ਕਚੌਰੀ ਵਾਲੇ ਤੂੰ ਇੱਥੋਂ ਸਾਰਿਆਂ ਲਈ ਜਲੇਬੀ ਤੇ ਕਚੌਰੀ ਲਾਉਣ ਲਈ ਭੇਜ ਦਿੱਤਾ ਇਹਨਾਂ ਦਿਨਾਂ 'ਚ ਮੋਨਾ ਨੇ ਮਨੋਜ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਸੀ ਉਹਦਾ ਸਿੱਧਾਪਨ ਮੋਨਾ ਨੂੰ ਭਾਉਣ ਲੱਗਾ ਸੀ ਮੋਨਾ ਕਾਪੀ ਪੈਨ ਮੈਗਜ਼ੀਨ ਦੀ ਅਦਲਾ ਬਦਲੀ ਦੇ ਨਾਂ ਤੇ ਉਸ ਨਾਲ ਗੱਲਾਂ ਕਰਨ ਦੇ ਬਹਾਨੇ ਲੱਭਣ ਲੱਗੀ ਸੀ ਮੋਨਾ ਨੇ ਮਨੋਜ ਨੂੰ ਕਚੋਰੀ ਦਿੰਦੇ ਹੋਏ ਕਿਹਾ ਲਓ ਜੀ ਉਹਨੇ ਮੋਨਾ ਨੂੰ ਕਿਹਾ ਹੈਪੀ ਬਰਥਡੇ ਮੋਨਾ ਨੇ ਮੁਸਕਰਾਟ ਨਾਲ ਜਵਾਬ ਦਿੱਤਾ ਥੈਂਕਸ ਮੋਨਾ ਨੂੰ ਲੱਗਿਆ ਕਿ ਮਨੋਜ ਦੇ ਹੈਪੀ ਬਰਥਡੇ ਆਖਣ ਨਾਲ ਉਹਦਾ ਬਰਥਡੇ ਸੱਚੀ ਮੁੱਚੀ ਹੈਪੀ ਹੋ ਗਿਆ ਗੁਰੂ ਜੀ ਦੀ ਇਨਵੈਸਟਮੈਂਟ ਦਾ ਪ੍ਰੋਫਿਟ ਮਨੋਜ ਦੇ ਅਕਾਊਂਟ 'ਚ ਜਾ ਰਿਹਾ ਸੀ ਗੁਰੂ ਜੀ ਬਿਜ਼ਨਸ ਵਿੱਚ ਇਸ ਤਰ੍ਹਾਂ ਦੇ ਲਾਸ ਪਹਿਲਾਂ ਵੀ ਵੇਖ ਚੁੱਕੇ ਸਨ ਮਨੋਜ ਤੇ ਮੋਨਾ ਦੇ ਰਾਹ ਵੱਖਰੀ ਦਿਸ਼ਾ 'ਚ ਸਨ ਪਰ ਇੱਕ ਦਿਨ ਕਲਾਸ ਤੋਂ ਬਾਅਦ ਦੋਵਾਂ ਨੇ ਨਾਲ ਤੁਰੰਦੀ ਹਿੰਮਤ ਕੀਤੀ ਮਨੋਜ ਮੋਨਾ ਨਾਲ ਗੱਲ ਕਰਨ ਲਈ ਗਲਬਾਦਾ ਕੋਈ ਸਿਰਾ ਲੱਭ ਰਿਆ ਸੀ ਉਹਨੇ ਮੋਨਾ ਨੂੰ ਸਧਾਰਨ ਜਿਹੇ ਪ੍ਰਸ਼ਨ ਪੁੱਛਿਆ ਤੂੰ ਬੀਏ ਸੀ ਤੋਂ ਬਾਅਦ ਕੀ ਕਰੇਂਗੀ ਕਿ ਪੀਐਸਸੀ ਦੀ ਤਿਆਰੀ ਕਰੇਂਗੀ ਨਹੀਂ ਮੈਂ ਤਾਂ ਵਿਆਹ ਕਰਾਂਗੀ ਮੋਨਾ ਨੇ ਮਨੋਜ ਦੀ ਉਮੀਦ ਦੇ ਉਲਟ ਜਵਾਬ ਦਿੱਤਾ ਦੋਵੇਂ ਕੁਝ ਸਮਾਂ ਚੁੱਪਚਾਪ ਚੱਲਦੇ ਰਹੇ ਮੋਨਾ ਦਾ ਘਰ ਜਿਸ ਦਿਸ਼ਾ 'ਚ ਸੀ ਉਹ ਮੋੜ ਆ ਗਿਆ ਸੀ ਮੋਨਾ ਆਪਣੇ ਘਰ ਜਾਣ ਲਈ ਗਲੀ 'ਚ ਮੁੜ ਗਈ। ਮਨੋਜ ਉੱਥੇ ਖੜ੍ਹਾ ਮੋਨਾ ਨੂੰ ਉਦੋਂ ਤੱਕ ਵੇਖਦਾ ਰਿਹਾ ਜਦੋਂ ਤੱਕ ਉਹ ਉਹਦੀਆਂ ਅੱਖਾਂ ਤੋਂ ਉੱਜਲ ਨਾ ਹੋ ਗਈ। ਇੱਕ ਦਿਨ ਇੱਕ ਮੁੰਡੇ ਨੇ ਕੋਚਿੰਗ 'ਚ ਕਿਹਾ ਕਿ ਕੱਲ ਮਨੋਜ ਦਾ ਬਰਥਡੇ ਹੈ। ਕੱਲ ਮਨੋਜ ਪਾਰਟੀ ਦੇਵੇਗਾ। ਕਲਾਸ ਦਾ ਨਿਯਮ ਬਣ ਗਿਆ ਸੀ ਜਿਹਦਾ ਬਰਥਡੇ ਹੁੰਦਾ ਉਹ ਕਲਾਸ ਨੂੰ ਸਮੋਸੇ ਜਲੇਬੀ ਦੀ ਪਾਰਟੀ ਦਿੰਦਾ। ਪਰ ਮਨੋਜ ਕੋਲ ਪੈਸੇ ਨਹੀਂ ਸੀ। ਉਹਨੇ ਕਿਹਾ ਮੈਂ ਕੱਲ ਪਾਰਟੀ ਨਹੀਂ ਦੇ ਸਕਾਂਗਾ ਕਿਉਂਕਿ ਮੇਰੇ ਕੋਲ ਪਾਰਟੀ ਦੇ ਖਰਚ ਕਰਨ ਲਈ ਪੈਸੇ ਨਹੀਂ ਹਨ। ਮਨੋਜ ਨੂੰ ਆਪਣਾ ਸੱਚ ਆਖਣ 'ਚ ਕੋਈ ਝਿਜਕ ਮਹਿਸੂਸ ਨਾ ਹੋਈ। ਅਗਲੇ ਦਿਨ ਪਾਰਟੀ ਨਾ ਦੇ ਇਨਕਾਰਨ ਕਿਸੇ ਨੇ ਉਹਨੂੰ ਹੈਪੀ ਬਰਥਡੇ ਨਾ ਕਿਹਾ। ਪਰ ਹਿੰਮਤੀ ਮੋਨਾ ਸਮੋਸੇ ਤੇ ਜਲੇਬੀਆਂ ਲੈ ਆਈ। ਮੋਨਾ ਵੱਲੋਂ ਕੀਤੀ ਗਈ ਮਨੋਜ ਦੀ ਇਹ ਵਿਸ਼ੇਸ਼ ਚਿੰਤਾ ਗੁਰਜੀ ਜੀ ਨੂੰ ਰੜਕ ਗਈ। ਉਹ ਈਰਖਾ ਨਾਲ ਜਲਣ ਲੱਗੇ ਉਹਨਾਂ ਨੂੰ ਮਨੋਜ ਤੇ ਗੁੱਸਾ ਆਉਣ ਲੱਗਾ। ਕਲਾਸ ਤੋਂ ਬਾਅਦ ਮੋਨਾ ਨੇ ਮਨੋਜ ਨੂੰ ਇੱਕ ਗਰੀਟਿੰਗ ਕਾਰਡ ਦਿੱਤਾ। ਗਰੀਟਿੰਗ ਕਾਰਡ 'ਚ ਲਾਲ ਰੰਗ ਦਾ ਦਿਲ ਬਣਿਆ ਸੀ। ਜਿਸ ਤੇ ਮੋਨਾ ਦੀ ਸੁੰਦਰ ਰਾਈਟਿੰਗ ਚ ਲਿਖਿਆ ਸੀ ਹੈਪੀ ਬਰਥਡੇ ਮਨ ਮੋਨਾ ਨੇ ਮਨੋਜ ਦਾ ਪੂਰਾ ਨਾਂ ਗਰੀਟਿੰਗ ਕਾਰਡ ਤੇ ਨਾਂ ਲਿਖ ਕੇ ਇੱਕ ਵੱਖਰਾ ਨਾਮ ਲਿਖ ਦਿੱਤਾ ਜਿਸ ਦੇ ਨਾਂ ਨਾਲ ਇਸ ਪੂਰੀ ਦੁਨੀਆ ਚੋਂ ਨੂੰ ਕੋਈ ਨਹੀਂ ਬੁਕਾਰਦਾ ਸੀ ਮੋਨਾ ਹੀ ਇਹ ਨਾਂ ਆਪਣੇ ਮਨ ਵਿੱਚ ਗੁੰਗੁਣਾਉਂਦੀ ਰਹਿੰਦੀ ਰਾਤ ਨੂੰ ਤਿਵਾਰੀ ਸਰ ਕਮਰੇ ਤੇ ਆਏ ਮਨੋਜ ਕੁਰਸੀ ਤੇ ਬੈਠਾ ਪੜ ਰਿਹਾ ਸੀ ਮੋਨਾ ਦਾ ਗਰੀਟਿੰਗ ਕਾਰਡ ਉੱਤੇ ਟੇਬਲ ਤੇ ਰੱਖਿਆ ਸੀ ਕਈ ਮਹੀਨਿਆਂ ਤੋਂ ਉਹ ਤਿਵਾਰੀ ਸਰ ਦੀ ਸੇਵਾ ਕਰ ਰਿਹਾ ਸੀ ਪਰਾਜਤਿਵਾਰੀ ਸਰਦੀਰ ਖਾਸੇ ਖਰਦੇ ਸੀ। ਉਹਨਾਂ ਨੇ ਗੁੱਸੇ 'ਚ ਜਲਦੇ ਹੋਏ ਮਨੋਜ ਨੂੰ ਉਲਟਾ ਸਿੱਧਾ ਆਖਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਨਾਲ ਵੀ ਉਹਨਾਂ ਦਾ ਮਨ ਨਾ ਭਰਿਆ ਤਾਂ ਉਹਨਾਂ ਨੇ ਮਨੋਜ ਦੇ ਹੀਟਰ ਤੇ ਘੜੇ 'ਚ ਲੱਤ ਮਾਰ ਦਿੱਤੀ। ਹੀਟਰ ਤੇ ਘੜਾ ਟੁੱਟ ਗਿਆ ਤੇਵਾਰੀ ਨੇ ਗੁੱਸੇ 'ਚ ਮੋਨਾ ਵੱਲੋਂ ਮਨੋਜ ਨੂੰ ਦਿੱਤਾ ਗਰੀਟਿੰਗ ਕਾਰਡ ਵੀ ਪਾੜ ਕੇ ਸੁੱਟ ਦਿੱਤਾ। ਉਹਨੂੰ ਕਮਰਾ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ। ਮਨੋਜ ਦੀ ਅੱਖਾਂ 'ਚ ਅਥਰੂ ਵਹਿ ਤੁਰੇ। ਦੁਖੀ ਮਨ ਨਾਲ ਆਪਣਾ ਸਮਾਨ ਸਮੇਟਣ ਲੱਗਾ ਆਪਣਾ ਸਮਾਨ ਚੁੱਕ ਕੇ ਉਹ ਜਿਵੇਂ ਹੀ ਕਮਰੇ ਤੋਂ ਬਾਹਰ ਨਿਕਲਿਆ ਤੇਵਾਰੀ ਨੇ ਠਾ ਦੇ ਕੇ ਦਰਵਾਜ਼ਾ ਬੰਦ ਕਰ ਦਿੱਤਾ ਧੰਨਵਾਦ ਚਲ